ਹੱਥ ਵਿੱਚ ਕਲਮ ਫੜਾ ਕੇ ਉਸਨੇ ਅੰਦਾਜ਼ ਸ਼ਹਿਰਾਨਾ ਕਰ ਦਿੱਤਾ। ਹੱਥ ਵਿੱਚ ਕਲਮ ਫੜਾ ਕੇ ਉਸਨੇ ਅੰਦਾਜ਼ ਸ਼ਹਿਰਾਨਾ ਕਰ ਦਿੱਤਾ, ਮਾਨ ਗੁਡਾਣੀ ਵਾਲੇ ਨੂੰ ਇਸ ਕਦਰ ਦੀਵਾਨਾ ਕਰ ਦਿੱਤਾ। ਇਨਸਾਨ ਜਦੋਂ ਪਿਆਰ 'ਚ ਹੁੰਦਾ ਹੈ ਸਭ ਕੁਝ ਭੁੱਲ ਜਾਂਦਾ ਹੈ। ਤੇ ਉੱਤੇ ਕੁਛ ਲਿਖਿਆ ਸੀ ਕਿ ਭੁੱਲ ਜਾਵਾਂ ਖੁਦਾ ਨੂੰ ਤੇ ਕਾਫਿਰ ਹੋ ਜਾਵਾਂ, ਭੁੱਲ ਜਾਵਾਂ ਖੁਦਾ ਨੂੰ ਤੇ ਕਾਫਿਰ ਹੋ ਜਾਵਾਂ, ਤੇਰਾ ਮੈਂ ਇਸ ਕਦਰ ਆਸ਼ਿਕ ਹੋ ਜਾਵਾਂ, ਜੇ ਤੂੰ ਜੇ ਦੂਰ ਹੋਵੇਂ ਤਾਂ ਰੂਹ ਤੜਫੇ ਮੇਰੀ, ਤੂੰ ਜੇ ਦੂਰ ਹੋਵੇਂ ਤਾਂ ਰੂਹ ਤੜਫੇ ਮੇਰੀ, ਜੇ ਤੂੰ ਨਾ ਮਿਲੇ ਤਾਂ ਮੈਂ ਪਾਗਲ ਹੋ ਜਾਵਾਂ। ਵੈਸੇ ਕੱਚਾ ਜਿਹਾ ਸ਼ਾਇਰ ਹਾਂ, ਕੋਈ ਪੱਕੇ ਜਿਹੇ ਅਲਫਾਜ਼ ਨਹੀਂ ਮੇਰੇ, ਤੇ ਇਹੀ ਗੱਲ ਨੂੰ ਲੈ ਕੇ ਕੁਝ ਲਿਖਿਆ ਸੀ ਕਿ ਕੱਚੀ ਕਲਮ ਹੈ ਮੇਰੀ, ਕੱਚੇ ਅਲਫਾਜ਼ ਲਿਖਦਾ ਹਾਂ, ਕੱਚੀ ਕਲਮ ਹੈ ਮੇਰੀ, ਕੱਚੇ ਅਲਫਾਜ਼ ਲਿਖਦਾ ਹਾਂ, ਮੈਂ ਕੱਚਾ ਜਿਹਾ ਸ਼ਾਇਰ ਹਾਂ, ਕੱਚੇ ਅਹਿਸਾਸ ਲਿਖਦਾ ਹਾਂ, ਕੱਚੀ ਨਿੰਦਰੇ ਉੱਠ ਜਾਂਦਾ ਹਾਂ ਕੁਝ ਕੱਚੇ ਸੁਪਨੇ ਜੋੜਨ ਲਈ, ਮੈਂ ਆਪਣੇ ਕਿਸੇ ਕਹਾਣੀਆਂ ਚੋਂ ਹਰ ਗੱਲਬਾਤ ਲਿਖਦਾ ਹਾਂ, ਮੈਂ ਕੱਚਾ ਜਿਹਾ ਸ਼ਾਇਰ ਹਾਂ, ਕੱਚੇ ਅਹਿਸਾਸ ਲਿਖਦਾ ਹਾਂ, ਕਿ ਦਿਲ ਦੇ ਦਰਦਾਂ ਨੂੰ ਲਫ਼ਜ਼ਾਂ 'ਚ ਕਰ ਬਿਆਨ ਲਿਖਦਾ ਹਾਂ, ਦਿਲ ਦੇ ਦਰਦਾਂ ਨੂੰ ਲਫ਼ਜ਼ਾਂ 'ਚ ਕਰ ਬਿਆਨ ਲਿਖਦਾ ਹਾਂ, ਮੈਂ ਜੋ ਵੀ ਲਿਖਦਾ ਹਾਂ ਬਸ ਉਹਦੇ ਨਾਮ ਲਿਖਦਾ ਹਾਂ, ਕਦੇ ਕਦੇ ਛੁਪਾ ਕੇ ਕਦੇ ਕਦੇ ਸ਼ਰਿਆਮ ਲਿਖਦਾ ਹਾਂ, ਉਹਦੇ ਨਾਮ ਦਾ ਪਹਿਲਾ ਅਕਸ਼ਰ ਆਪਣੇ ਹੱਥੇ ਕਈ ਵਾਰ ਲਿਖਦਾ ਹਾਂ, ਇਸ਼ਕ ਨੂੰ ਮੰਨਦਾ ਹਾਂ ਇਬਾਦਤ, ਇਸ਼ਕ ਨੂੰ ਮੰਨਦਾ ਹਾਂ ਇਬਾਦਤ, ਤੇ ਖੁਦਾ ਹੈ ਮੇਰਾ ਯਾਰ ਲਿਖਦਾ ਹਾਂ, ਮੈਂ ਕੱਚਾ ਜਿਹਾ ਸ਼ਾਇਰ ਹਾਂ, ਕੱਚੇ ਅਹਿਸਾਸ ਲਿਖਦਾ ਹਾਂ, ਨਹੀਂ ਉਹ ਸ਼ੌਂਕ ਮੈਨੂੰ ਸ਼ਾਇਰ ਬਣਨ ਦਾ ਬਸ ਦਿਲ ਦੇ ਦਰਦ ਫਰੋਲਦਾ ਹਾਂ, ਤੁਹਾਡੀ ਦਾਤ ਚਾਹਾਂਗਾ, ਨਹੀਂ ਉਹ ਸ਼ੌਂਕ ਮੈਨੂੰ ਸ਼ਾਇਰ ਬਣਨ ਦਾ ਬਸ ਦਿਲ ਦੇ ਦਰਦ ਫਰੋਲਦਾ ਹਾਂ, ਲੋਕੀ ਕਹਿੰਦੇ ਨੇ ਗੱਲ ਦਿਲ ਤੇ ਲੱਗੀ, ਦਿਲ ਤੇ ਲੱਗਦੀ ਹੈ ਦਿਲ ਤੋਂ ਬੋਲਦਾ ਹਾਂ, ਤੇ ਕੁਝ ਕਿੱਸੇ ਕੁੱਸੇ ਪਿਆਰਾਂ ਦੇ, ਕੁਝ ਰੰਗਲੇ ਦਿਨ ਬਹਾਰਾਂ ਦੇ, ਕੁਝ ਕਿੱਸੇ ਕੁੱਸੇ ਪਿਆਰਾਂ ਦੇ, ਕੁਝ ਰੰਗਲੇ ਦਿਨ ਬਹਾਰਾਂ ਦੇ, ਬਰਸਾਤਾਂ ਦੇ, ਮੁਲਾਕਾਤਾਂ ਦੇ, ਕੁਝ ਯਾਰ ਨਾ ਹੋਈਆਂ ਬਾਤਾਂ ਦੇ, ਜ਼ਿੰਦਗੀ ਦੇ ਕੋਰੇ ਸਫ਼ਿਆਂ ਤੇ ਪਿਆ ਮੈਂ ਲਫ਼ਜ਼ ਟੰਡੋਲਦਾ ਹਾਂ, ਨਹੀਂ ਉਹ ਸ਼ੌਂਕ ਮੈਨੂੰ ਸ਼ਾਇਰ ਬਣਨ ਦਾ ਬਸ ਦਿਲ ਦੇ ਦਰਦ ਫਰੋਲਦਾ ਹਾਂ। ਤੇ ਇੱਕ ਹੋਰ ਸ਼ਾਇਰੀ ਸੀ ਕਿ ਮੇਰੇ ਯਾਰ ਨੇ ਕਬਰ ਬਣਾ ਕੇ ਮੇਰੀ, ਮੈਨੂੰ ਇੱਕ ਵਾਰੀ ਕਿਸੇ ਨੇ ਕਿਹਾ ਯਾਰ ਤੂੰ ਸੈਡ ਸ਼ਾਇਰ ਲਿਖਦਾ, ਮੁਹੱਬਤ ਤੇ ਸ਼ਾਇਰ ਲਿਖਦਾ, ਮੈਂ ਜਦੋਂ ਕੋਈ ਸੈਡ ਜੀ ਵੀ ਲਿਖਦਾ ਕਿ ਮੇਰੇ ਯਾਰ ਨੇ ਕਬਰ ਬਣਾ ਕੇ ਮੇਰੀ ਉੱਤੇ ਹਾਰ ਫੁੱਲਾਂ ਦਾ ਪਾ ਦਿੱਤਾ, ਤੇਰੀ ਵਾਹ ਵਾਹ ਜਾਵਾਂਗੇ ਯਾਰ, ਵਾਹ ਵਾਹ ਨਹੀਂ ਕਰਦੇ, ਮੇਰੇ ਯਾਰ ਨੇ ਕਬਰ ਬਣਾ ਕੇ ਮੇਰੀ ਉੱਤੇ ਹਾਰ ਫੁੱਲਾਂ ਦਾ ਪਾ ਦਿੱਤਾ, ਸੰਗਮਰਮਰ ਦੇ ਲਾ ਕੇ ਪੱਤਰ ਲਾਸ਼ ਦੇ ਘਰ ਨੂੰ ਚਮਕਾ ਦਿੱਤਾ, ਯਾਦ ਰਹੇ ਮੇਰੀ ਪਹਿਚਾਣ ਸਭ ਨੂੰ, ਉੱਪਰ ਪਾਗਲ ਆਸ਼ਿਕ ਲਿਖਵਾ ਦਿੱਤਾ, ਹੱਥੀ ਕਰਕੇ ਕਤਲ ਮੇਰਾ ਤੇ ਆਪਣੇ ਹੱਥੀ ਦਾ ਬਣਾ ਦਿੱਤਾ। ਵੈਸੇ ਹਰੇਕ ਸ਼ਾਇਰ ਨੂੰ ਸ਼ੌਂਕ ਹੁੰਦਾ ਕਿ ਉਹਦਾ ਨਾਮ ਸਦੀਆਂ ਬਾਅਦ ਯਾਦ ਰਿਹਾ ਜਾਵੇ, ਤਾਂ ਬਸ ਇੱਦਾਂ ਦੇ ਕੁਛ ਸਵਾਲ ਸੀ ਕਿ ਸ਼ਿਵ ਦੇ ਵਾਂਗਰ ਮੈਂ ਬਿਰਹੋਂ ਦੇ ਗੀਤ ਗਾਵਾਂਗਾ, ਸ਼ਿਵ ਕੁਮਾਰ ਬਟਾਲਵੀ ਜੀ, ਕਿ ਸ਼ਿਵ ਦੇ ਵਾਂਗਰ ਮੈਂ ਬਿਰਹੋਂ ਦੇ ਗੀਤ ਗਾਵਾਂਗਾ, ਜਾਂ ਵਾਂਗ ਪਾਤਰ ਦੇ ਗੱਲਾਂ ਰਾਹਾਂ ਦੀਆਂ ਕਰ ਜਾਵਾਂਗਾ, ਲਿਖਾਂਗਾ ਕਿੱਸਾ ਕੀ ਮੈਂ ਕੋਈ ਵਾਰਿਸ਼ਾਂ ਵਾਂਗਰਾਂ, ਲਿਖਾਂਗਾ ਕਿੱਸਾ ਕੀ ਮੈਂ ਕੋਈ ਵਾਰਿਸ਼ਾਂ ਵਾਂਗਰਾਂ, ਜਾਂ ਵਾਂਗ ਬੁਲੇ ਦੇ ਯਾਰ ਅੱਗੇ ਨੱਚ ਜਾਵਾਂਗਾ, ਜਾਂ ਵਾਂਗ ਆਲੀ ਫਨਕਾਰਾਂ 'ਚ ਨਾਮ ਕਮਾਵਾਂਗਾ, ਜਾਂ ਨੁਸਰਤ ਸਾਹਿਬ ਵਾਂਗ ਲੋਕਾਂ ਦੇ ਦਿਲਾਂ ਵਿੱਚ ਵਸ ਜਾਵਾਂਗਾ। ਤੇ ਐਕਚੁਲੀ ਇਹ ਇੱਕ ਸ਼ਬਦ ਹੀ ਬੇਵਜ਼ਾ, ਉਹ ਹਰ ਵਾਰ ਮੈਨੂੰ ਨਾ ਕਹਿਣ ਦੀ ਬੇਵਜ਼ਾ, ਜਿਹਦੇ ਲਈ ਮਤਲਬ ਮੈਂ ਸ਼ਾਇਰੀ ਲਿਖਦਾ, ਉਹ ਮੈਨੂੰ ਕਹਿੰਦੇ ਬੇਵਜ੍ਹਾ ਮੈਨੂੰ ਨਹੀਂ ਮੁਹੱਬਤ ਕਰਦਾ ਹੈ, ਤਾਂ ਮੈਂ ਲਿਖਿਆ ਕਿ ਬੇਵਜ੍ਹਾ ਮੇਰੀ ਇਹ ਮੁਹੱਬਤ ਨਹੀਂ ਹੋ ਸਕਦੀ, ਗੌਰ ਕਰਿਓ, ਬੇਵਜ੍ਹਾ ਮੇਰੀ ਇਹ ਮੁਹੱਬਤ ਨਹੀਂ ਹੋ ਸਕਦੀ, ਬੇਵਜ੍ਹਾ ਮੇਰੀ ਇਹ ਚਾਹਤ ਨਹੀਂ ਹੋ ਸਕਦੀ, ਕਿ ਬੇਵਜ੍ਹਾ ਤੇਰੀ ਨਿਆਦਤ ਨਹੀਂ ਹੋ ਸਕਦੀ, ਕਿ ਬੇਵਜ੍ਹਾ ਤੇਰੇ ਜਿਹੀ ਖੂਬਸੂਰਤ ਪੈਦਾਇਸ਼ ਨਹੀਂ ਹੋ ਸਕਦੀ, ਕਿ ਇਸ ਜਹਾਂ ਤੇ ਬੇਵਜ੍ਹਾ ਕੁਝ ਹੁੰਦਾ ਹੀ ਨਹੀਂ, ਦਿਨ ਤੋਂ ਰਾਤ ਹੋ ਜਾਣਾ ਬੇਵਜ੍ਹਾ ਤਾਂ ਨਹੀਂ, ਸੁਬਹਾ ਤੋਂ ਸ਼ਾਮ ਹੋ ਜਾਣਾ ਬੇਵਜ੍ਹਾ ਤਾਂ ਨਹੀਂ, ਕਿ ਬਿਨ ਮੌਸਮ ਬਰਸਾਤ ਬੇਵਜ੍ਹਾ ਨਹੀਂ ਹੁੰਦੀ, ਕਿ ਅੱਖਾਂ ਨਾਲ ਅੱਖਾਂ ਦਾ ਮਿਲ ਜਾਣਾ ਬੇਵਜ੍ਹਾ ਨਹੀਂ ਹੁੰਦਾ, ਲੱਖਾਂ ਦੀ ਭੀੜ 'ਚ ਕਿਸੇ ਇੱਕ ਦਾ ਆਪਣਾ ਬਣ ਜਾਣਾ ਬੇਵਜ੍ਹਾ ਨਹੀਂ ਹੁੰਦਾ। ਤੇ ਬਸ ਲਾਸਟ ਇੱਕ ਗੱਲ ਕਹਾਂਗਾ ਸਾਰੇ ਰਾਈਟਰਾਂ ਦੀ, ਕਿ ਮੈਨੂੰ ਕਿਸੇ ਨੇ ਪੁੱਛਿਆ ਕਿ ਇਸ਼ਕ ਬਾਰੇ ਕੀ ਸੋਚਦੇ ਹੋ, ਮੈਂ ਕਿਹਾ ਜ਼ਹਿਰ ਪਿਲਾ ਕੇ ਵੀ ਮਿਠਾਸ ਭਰੇ ਬੋਲ ਬੁਲਾ ਲੈਂਦਾ ਹੈ, ਗੌਰ ਕਰਿਓ, ਜ਼ਹਿਰ ਪਿਲਾ ਕੇ ਵੀ ਮਿਠਾਸ ਭਰੇ ਬੋਲ ਬੁਲਾ ਲੈਂਦਾ ਹੈ, ਇਹ ਇਸ਼ਕ ਹੈ ਜਨਾਬ ਕੁਝ ਵੀ ਕਰਾ ਲੈਂਦਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।